ਸ਼ੀਆਨੂੰ ਸੋਰੇ ਤੋਰ ਕੇ ਨੀ ਮੇਰੀ ਰਾਣੀਏ ਮਾਏ, ਤੇਰਾ ਕੇ ਹੱਕ ਲੱਗਦੇ ਜੀਨੀ ਪਲੀਏ। ਸੁਬਹ ਜਲਦੀ 5 ਵਜੇ ਉਹਨਾਂ ਨੇ ਉੱਠ ਹੀ ਜਾਣਾ, ਮੈਨੂੰ ਜਾਗ ਨਹੀਂ ਆਉਂਦੀ, ਉਹਨਾਂ ਨੇ ਉਠਾਉਣਾ ਮੈਨੂੰ, ਹੈ ਨਾ। ਔਰ ਜੋ ਸਾਡੇ ਬੱਚੇ ਇਸ ਸਕੂਲ ਵਿੱਚ ਪੜ੍ਹ ਕੇ ਸਾਡਾ ਨਾਮ ਰੋਸ਼ਨ ਕਰ ਰਹੇ ਆ, ਅੱਜ ਦਾ ਦਿਨ ਬਹੁਤ ਹੀ ਵਧੀਆ ਗਿਆ ਕਿਉਂਕਿ ਅੱਜ ਸਾਡੀ ਮਦਰਸ ਨੂੰ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਗਈਆਂ ਅਤੇ ਉਹਨਾਂ ਨੇ ਵੀ ਬਹੁਤ ਹੀ ਸ਼ੌਂਕ ਦੇ ਨਾਲ ਸਾਰੀਆਂ ਐਕਟੀਵਿਟੀਜ਼ ਕੀਤੀਆਂ। ਅਤੇ ਅੱਜ ਮੈਨੂੰ ਵਾਕਈ ਪਤਾ ਲੱਗਿਆ ਕਿ ਮਾਂ ਦੀ ਅਹਿਮੀਅਤ ਕੀ ਹੁੰਦੀ ਹੈ ਅਤੇ ਜਿਨ੍ਹਾਂ ਦੀਆਂ ਮਦਰਸ ਨੇ ਉਹਨਾਂ ਦਾ ਵੀ ਪਤਾ ਲੱਗਿਆ। ਮੈਨੂੰ ਆਪਣੀ ਮਾਂ ਦੀ ਯਾਦ ਆ ਗਈ, ਉਹ ਦਿਨ ਵੀ ਯਾਦ ਆ ਗਏ ਜਦੋਂ ਮੇਰੇ ਮਾਂ ਮੈਨੂੰ ਸਕੂਲ ਛੱਡਦੇ ਸੀ ਅਤੇ ਮੈਂ ਰੋਂਦਾ ਸੀ।
ਤੇਰਾ ਖੋਟਾ ਸਿੱਟਾ ਜਿਹੜਾ ਫਿਕਰਾਂ ਤੇ ਰੰਗ ਦੀ ਦੁਬਾਰਿਆ ਸੀ ਫਿਕਾ ਪੱਪਾ ਬਿਨਾ ਰਿੱਕੀ ਦੀ ਫੋਟੋ ਅੱਗੇ ਹੱਥ ਜੋੜ ਜੋੜ ਰਹੇ ਦੀ ਸ਼ਾਮ ਦੇ ਸਵੇਰੇ ਕਰਦੀ ਸੀ ਜਿਹੜੀਆਂ ਤੇਰਾ ਪਹੁੰਚ ਗਿਆ ਮਰਸ਼ਾਦ ਮਰਸ਼ਾ ਦੇ ਸਭ ਦੇ ਤੇਰੇ ਦਾਸਾਂ ਦੇਰੀਆਂ ਤੇਰਾ ਪਹੁੰਚ ਗਿਆ ਮਰਸ਼ਾਦ ਮਰਸ਼ਾ ਦੇ ਸਭ ਦੇ ਤੇਰੇ ਦਾਸਾਂ ਦੇਰੀਆਂ
कि माँ होकर
फ्रॉम मुंबई। मैंने यहाँ पर ना डीएवी मॉडल स्कूल के बारे में सुना था। मेरी बच्ची को एडमिशन नहीं मिल रहा था, मेरी बच्ची 9th स्टैंडर्ड में मुंबई में पढ़ रही थी। तो मुझे हरपाल मैम के बारे में किसी ने बताया कि डीएवी मॉडल स्कूल में जाइए, आपको एडमिशन हो जाएगा। मैंने मुक्सर के सारे स्कूलों में पता किया, लेकिन जो मुझे यहाँ मिला वो कहीं नहीं मिला। और आज स्पेशली हमें मदर्स डे पर बुलाया गया, मुझे गिफ्ट भी मिला और सारे बच्चे जितने भी थे बहुत खुश थे, बहुत सारे पेरेंट्स आए। और हरपाल मैम ने जितना भी यहाँ पे प्रबंध किया है बहुत अच्छा लगा। और स्टडी वाइज मेरे मतलब अकॉर्डिंग बच्चे बहुत अच्छा परफॉर्म कर रहे हैं। और मैं चाहती हूँ कि जो और भी पेरेंट्स हैं वो अपने बच्चों को यहाँ पर डालें। और दूसरी ये बात कि सबसे अच्छा कि मुझे यहाँ का डिसिप्लिन बहुत अच्छा लगा। और जो यहाँ के पेरेंट्स हैं और यहाँ की जो हमारे काम वाले जितने भी प्रबंधक हैं वो बहुत अच्छे थे और फुल ऑन इन्जॉय किया। एंड डीएवी मॉडल स्कूल प्रिंसिपल मैम, हरपाल मैम एंड ऑल टीचर्स को धन्यवाद, थैंक यू। मेरा नाम कमलेश रानी है। मेरे बच्चे मेरिया पोतियाँ इस तीन स्कूल के पढ़दियाँ ने। बहुत अच्छा स्कूल है, बहुत वधिया प्रबंध है इत्थे। ये जिहड़ा मदर दिन मनाया, मैं दादी हाँ, मैं नची भी हाँ बच्चों पिछे, मैं गिफ्ट भी मिले, इज्जत माणी बहुत मिलती है स्कूल के, पढ़ाई भी बहुत अच्छी है स्कूल के, प्रबंध भी अच्छा है। ਸਾਰਿਆਂ ਨੇ ਅਸੀਂ CRM DAV ਮਾਡਲ ਸਕੂਲ 'ਚ ਸਾਨੂੰ ਬੁਲਾਇਆ ਗਿਆ ਰਿਸਪੈਕਟ ਦੇ ਨਾਲ, ਹੈ ਨਾ। ਅਸੀਂ ਸਾਰਿਆਂ ਨੇ ਫੁੱਲ ਇੰਜੋਏ ਕੀਤਾ, ਮਤਲਬ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਮਦਰ ਡੇ। ਜਦੋਂ ਵੀ ਆਪਾਂ ਮਤਲਬ ਸਾਰੀ ਮਦਰ ਦਾ ਇਹ ਏਮ ਹੋਣਾ ਚਾਹੀਦਾ, ਸੁਬਹਾ ਬੱਚਿਆਂ ਨੂੰ ਜਲਦੀ ਉਠਾਓ, ਜਲਦੀ ਹੈਬਿਟ ਬਣਾਓ ਉੱਠਣ ਦੀ, ਹੈ ਨਾ। ਮੇਰੇ ਬੱਚੇ ਆ ਜਿੱਦਾਂ ਇਸੇ ਸਕੂਲ 'ਚ ਪੜ੍ਹਦੇ ਆ, ਦੋ ਆ ਮੇਰੇ ਟਵਿੰਸ ਬੱਚੇ, ਸੁਬਹਾ ਜਲਦੀ 5 ਵਜੇ ਉਹਨਾਂ ਨੇ ਉੱਠ ਹੀ ਜਾਣਾ, ਮੈਨੂੰ ਜਾਗ ਨਹੀਂ ਆਉਂਦੀ, ਉਹਨਾਂ ਨੇ ਉਠਾਉਣਾ ਮੈਨੂੰ, ਹੈ ਨਾ। ਮਤਲਬ 6 ਸੁਬਹਾ ਜਲਦੀ ਨਹਾ ਕੇ ਜਲਦੀ, ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਮਤਲਬ ਦੋਨਾਂ ਨੂੰ ਤਿਆਰ ਕਰਨ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਇੱਦਾਂ ਬਹੁਤ ਵਧੀਆ ਸਕੂਲ ਹੈ, ਮੇਰੇ ਬੱਚੇ ਇਸੇ ਸਕੂਲ 'ਚ ਸਟਾਰਟਿੰਗ ਤੋਂ ਪ੍ਰੀ ਨਰਸਰੀ ਵਿੱਚ ਤੋਂ ਪੜ੍ਹ ਰਹੇ ਹੈ। ਹਰਪਾਲ ਮੈਡਮ ਹੈ ਜਿਹੜੇ ਪ੍ਰਿੰਸੀਪਲ, ਬਹੁਤ ਵਧੀਆ ਗਾਈਡ ਕਰਦੇ ਹੈ, ਬੱਚੇ ਬਹੁਤ ਜ਼ਿਆਦਾ ਕੁਛ ਸਿੱਖ ਕੇ ਜਾਂਦੇ ਆ ਨਾ। ਮੈਨੂੰ ਜਿਵੇਂ ਕੁਛ ਪਤਾ ਨਹੀਂ ਹੁੰਦਾ, ਮੈਨੂੰ ਘਰੇ ਆ ਕੇ ਮੈਸੇਜ ਜ਼ਰੂਰ ਲਾਉਂਦੇ ਵੀ ਮੰਮਾ ਇੱਦਾਂ ਸਾਨੂੰ ਕਿਹਾ ਗਿਆ ਅਤੇ ਇੱਦਾਂ ਅਸੀਂ ਉਹ ਚੀਜ਼ ਫੋਲੋ ਕਰਨੀ ਹੈ ਨਾ। ਇੱਕ ਵਾਰੀ ਟੀਚਰ ਕਹਿੰਦੇ ਆ ਉਹਨਾਂ ਨੇ ਨਾ ਦੇ ਨਾਲ ਮੈਸੇਜ ਲਾਉਣਾ। ਇੱਦਾਂ ਬਹੁਤ ਵਧੀਆ ਸਕੂਲ ਹੈ, ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਜਦੋਂ ਸਟਾਰਟਿੰਗ 'ਚ ਬੱਚੇ ਲਾਉਣੇ ਸੀ ਨਾ, ਮੈਂ ਸਲਿੱਪਾਂ ਪਾਈ ਹਾਂ, ਮੈਂ ਕਿਹੜਾ ਸਕੂਲ ਚੂਜ਼ ਕਰਾਂ। ਫਿਰ ਮੈਨੂੰ CRM DAV ਬਜਟ ਦੇ ਅਕੋਰਡਿੰਗ ਵੀ ਸਹੀ ਲੱਗਿਆ ਅਤੇ ਬੱਚੇ ਬਹੁਤ ਜ਼ਿਆਦਾ ਪੜ੍ਹਦੇ ਵੀ ਹੈ, ਫਸਟ ਪੁਜੀਸ਼ਨ ਆਉਂਦੀ ਆ, ਬਹੁਤ ਖੁਸ਼ੀ ਹੁੰਦੀ ਆ ਨਾ ਵੀ ਸਾਡੇ ਬੱਚੇ ਫਸਟ ਆਉਂਦੇ ਆ, ਅਤੇ ਮਾਣ ਮਹਿਸੂਸ ਹੁੰਦਾ। ਟੀਚਰ ਬਹੁਤ ਵਧੀਆ, ਬਹੁਤ ਵਧੀਆ ਗਾਈਡ ਕਰਦੇ ਆ, ਬਹੁਤ ਵਧੀਆ ਜੀ, ਥੈਂਕ ਯੂ ਸਰ। ਸਾਰਿਆਂ ਨੂੰ ਹੈਪੀ ਮਦਰ ਡੇ। ਅਤੇ ਮੈਂ CRM DAV ਮਾਡਲ ਸਕੂਲ ਤੋਂ ਬੋਲ ਰਹੀ ਹਾਂ, ਮੇਰੇ ਦੋ ਬੱਚੇ ਇੱਥੇ ਪੜ੍ਹਦੇ ਨੇ। ਸ਼ਾਇਦ ਹੀ ਅਸੀਂ ਕੋਈ ਅਸੀਂ ਮਾਂ ਪਿਓ ਬਣ ਗਏ ਨੇ ਮਤਲਬ, ਅਤੇ ਅੱਜ ਅਸੀਂ ਬੱਚਿਆਂ ਦੇ ਨਾਲ ਨਾਲ ਮਦਰ ਡੇ 'ਤੇ ਸਕੂਲ ਨੇ ਸਾਨੂੰ ਮੌਕਾ ਦਿੱਤਾ ਹੈ ਜੀ, ਵੀ ਅਸੀਂ ਵੀ ਇੱਥੇ ਆ ਕੇ ਇੰਜੋਏ ਕੀਤਾ ਹੈ। ਅਸੀਂ ਮੰਮਾ ਤਾਂ ਜ਼ਰੂਰ ਬਣ ਗਏ ਜੀ, ਪਰ ਅਸੀਂ ਆਪਣਾ ਬਚਪਨਾ ਭੁੱਲ ਗਏ ਸੀ, ਅੱਜ ਅਸੀਂ ਇੱਥੇ ਆ ਕੇ ਆਪਣਾ ਬਚਪਨ ਵੀ ਜੀ ਲਿਆ। ਥੈਂਕ ਯੂ ਵੈਰੀ ਮੱਚ ਹਰਪਾਲ ਕੁਲ ਮੈਮ, ਥੈਂਕ ਯੂ ਵੈਰੀ ਮੱਚ। ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਮਦਰਸ ਡੇ, ਸਾਰੇ ਹੀ ਪੇਰੈਂਟਸ ਨੂੰ ਵੀ ਹੈਪੀ ਮਦਰਸ ਡੇ। ਜਿੰਨਾ ਕੁ ਹਮਾਰੇ ਲਈ ਹਮਾਰੇ ਮਾਂ ਬਾਪ ਕਰ ਸਕਦੇ ਹੈ, ਕੋਈ ਵੀ ਨਹੀਂ ਕਰ ਸਕਦਾ ਗਾ ਜੀ, ਹੈ। ਸਾਨੂੰ ਆਪਦੇ ਮਾਂ ਪਿਓ ਦੀ ਇੱਜ਼ਤ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਵੀ ਜਿੰਨਾ ਆਪਾਂ ਮੁੰਡਿਆਂ ਦਾ ਕਰਦੇ ਹਾਂ, ਆਪਾਂ ਉਹਨਾਂ ਹੀ ਧੀਆਂ ਦਾ ਵੀ ਕਰਨਾ ਚਾਹੀਦਾ। ਧੀਆਂ ਹੀ ਆਪਣਾ ਮਾਣ ਬਣਾਉਂਦੀਆਂ ਨੇ। ਮੈਂ ਰੱਬ ਜਿਵੇਂ ਮੈਨੂੰ ਰੱਬ ਨੇ ਕੁੜੀ ਦਿੱਤੀ ਹੈ, ਅਤੇ ਮੈਨੂੰ ਮੇਰੀ ਕੁੜੀ 'ਤੇ ਬਹੁਤ ਮਾਣ ਹੈ, ਮੇਰੀ ਕੁੜੀ ਮੇਰੀ ਬਹੁਤ ਰਿਸਪੈਕਟ ਕਰਦੀ ਹੈ ਜੀ। ਥੈਂਕ ਯੂ।
ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਮਦਰਸ ਡੇ। ਇੱਥੇ ਡੀ ਏ ਵੀ ਮਾਡਲ ਸਕੂਲ 'ਚ ਇੰਨੀ ਵਧੀਆ ਐਕਟੀਵਿਟੀ ਹੈ, ਬੱਚਿਆਂ ਨੂੰ ਇੰਨੀ ਸਹੂਲਤ ਮਿਲਦੀ, ਅੱਜ ਮਦਰਸ ਡੇ 'ਤੇ ਸਾਨੂੰ ਇੰਨੀ ਖੁਸ਼ੀ ਹੋਈ, ਮਤਲਬ ਕਿ ਪੇਰੈਂਟਸ ਨੂੰ ਵੀ ਨਾਲ ਇੰਨਾ ਇੰਜੋਏ ਕਰਵਾਇਆ ਬੱਚਿਆਂ ਦੇ ਨਾਲ, ਬੱਚਿਆਂ ਨੂੰ ਵੀ ਬਹੁਤ ਵਧੀਆ ਐਕਟੀਵਿਟੀ ਮਿਲਦੀ ਹੈ। ਇਸ ਕਰਕੇ ਮੈਂ ਪ੍ਰਿੰਸੀਪਲ ਹਰਪਾਲ ਕੌਰ ਜੀ ਨੂੰ ਬਹੁਤ ਬਹੁਤ ਥੈਂਕ ਯੂ, ਧੰਨਵਾਦ ਕਰਦੇ ਹਾਂ ਇਸ ਲਈ। ਧੰਨਵਾਦ ਮੇਰੇ ਵੱਲੋਂ ਸਾਰੇ ਮਦਰਸ ਨੂੰ ਹੈਪੀ ਮਦਰਸ ਡੇ। ਸਾਰੇ ਬੱਚੇ ਮਤਲਬ ਕਿ ਸਕੂਲੇ ਵਧੀਆ ਪੜ੍ਹਦੇ ਆ, ਮੇਰਾ ਬੱਚਾ ਵੀ ਵਧੀਆ ਪੜ੍ਹਦਾ, ਅੱਜ ਮੇਰੇ ਬੱਚੇ ਨੇ ਮੈਨੂੰ ਆ ਗਿਫਟ ਦਿੱਤਾ, ਆਹ ਦੇਖੋ ਮੇਰਾ ਬੱਚਾ ਵਧੀਆ ਪੜ੍ਹਦਾ ਹੈ, ਲਿਖਣ 'ਚ ਵੀ ਪੜ੍ਹਨ 'ਚ ਵੀ ਬਹੁਤ ਵਧੀਆ ਹੈ, ਬਹੁਤ ਵਧੀਆ ਸਕੂਲ ਹੈ। ਮੈਂ ਤਾਂ ਕਹਿੰਦੀ ਹਾਂ ਜਿਹਨੇ ਬੱਚੇ ਲੈਣੇ ਨੇ ਇੱਥੇ ਜ਼ਰੂਰ ਲਾਓ, ਬੱਚੇ ਬਹੁਤ ਅੱਗੇ ਜਾਣਗੇ। ਥੈਂਕਸ ਜੀ। ਹਾਂਜੀ, ਮੇਰੇ ਵੱਲੋਂ ਸਾਰੀ ਟੀਮ ਨੂੰ ਮਦਰਸ ਡੇ, ਜੋ ਹਰਪਾਲ ਕੌਰ ਪ੍ਰਿੰਸੀਪਲ ਮੈਡਮ ਸਾਡੀ ਵਾਸਤੇ, ਸਾਡੇ ਮਦਰਸ ਵਾਸਤੇ, ਸਾਡੇ ਵਾਸਤੇ ਜੋ ਕੁਛ ਵੀ ਕਰਦੇ ਆ, ਮੈਨੂੰ ਨਹੀਂ ਲੱਗਦਾ ਕਿ ਵੀ ਸਾਡੇ ਵਾਸਤੇ ਬਹੁਤ ਕਿਤੇ ਵੀ ਘੱਟ ਜ਼ਿਆਦਾ ਕਰਦੇ ਹੋਣਗੇ। ਇਹਨਾਂ ਨੇ ਸਾਨੂੰ ਇੱਕ ਸਪੈਸ਼ਲ ਦਿਨ ਦੇ ਕੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਕੀਤੀ ਹੈ। ਸਾਨੂੰ ਹਰ ਸਾਲ ਹੀ ਇਸ ਤਰ੍ਹਾਂ ਇਸ ਮੌਕੇ 'ਤੇ ਬੁਲਾਇਆ ਜਾਂਦਾ ਅਤੇ ਸਾਨੂੰ ਬਹੁਤ ਮਾਣ ਦਿੱਤਾ ਜਾਂਦਾ, ਔਰ ਜੋ ਸਾਡੇ ਬੱਚੇ ਇਸ ਸਕੂਲ ਵਿੱਚ ਪੜ੍ਹ ਕੇ ਸਾਡਾ ਨਾਮ ਰੋਸ਼ਨ ਕਰ ਰਹੇ ਆ, ਉਹਦੀ ਤਾਂ ਕੋਈ ਅਸੀਂ ਗੱਲ ਕਹਿ ਹੀ ਨਹੀਂ ਸਕਦੇ ਵੀ ਸਾਡੇ ਬੱਚੇ ਕਿਸੇ ਵੀ ਗੱਲ ਤੋਂ, ਪੜ੍ਹਾਈ ਤੋਂ ਪਿੱਛੇ ਰਹਿ ਰਹੇ ਆ, ਉਹ ਤਾਂ ਕੁਛ ਕਹਿਣ ਵਾਲੀ ਗੱਲ ਹੀ ਨਹੀਂ ਹੈਗੀ। ਅਤੇ ਉਸ ਦੇ ਨਾਲ ਜੋ ਸਾਨੂੰ ਗਾਈਡ ਕਰਦੇ ਆ ਟੀਚਰਾਂ ਨੂੰ, ਕਹਿਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਟੀਚਰ ਐਸਾ ਨਹੀਂ ਹੁੰਦਾ ਜੋ ਮਾਂ ਪਿਓ ਨੂੰ ਵੀ ਸਿੱਖਿਆ ਦਿੰਦਾ, ਪਰ ਇਹ ਇੱਕ ਵੱਖਰਾ ਇੱਕ ਸਕੂਲ ਹੈ ਜੋ ਮਾਪਿਆਂ ਨੂੰ ਵੀ ਇਸ ਗੱਲ ਵਾਰ ਪ੍ਰੇਰਿਤ ਕਰਦਾ ਕਿ ਸਾਡੇ ਬੱਚਿਆਂ ਪ੍ਰਤੀ ਕੀ ਫਰਜ਼ ਨੇ। ਹਾਲਾਂਕਿ ਸਾਨੂੰ ਕੁਛ ਫਰਜ਼ਾਂ ਬਾਰੇ ਆਪ ਨੂੰ ਨਹੀਂ ਪਤਾ ਹੁੰਦਾ, ਉਹ ਸਾਨੂੰ ਮੈਡਮ ਹਰ ਮਦਰਸ ਡੇ 'ਤੇ ਆ ਕੇ ਸਾਨੂੰ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲਦਾ। ਅਤੇ ਮੈਂ ਇਹੀ ਕਹਾਂਗੀ ਕਿ ਇਸ ਮੈਡਮ ਵਰਗੇ ਮੈਡਮ ਸਾਨੂੰ ਕਿਤੇ ਨਹੀਂ ਮਿਲਣੇ, ਨਾ ਹੀ ਸਾਡੇ ਬੱਚਿਆਂ ਨੂੰ ਸਕੂਲ ਮਿਲਣਾ। ਮੈਂ ਤਾਂ ਸ਼ੁਰੂ ਤੋਂ ਲੈ ਕੇ ਪ੍ਰੀ ਨਰਸਰੀ ਤੋਂ ਲੈ ਕੇ ਹੀ ਆਪਣੀ ਬੱਚੀ 10th ਵਿੱਚ ਹੋ ਗਈ ਹੈ ਇਸੇ ਸਕੂਲ ਵਿੱਚ ਲਾਇਆ, ਅਤੇ ਬਹੁਤ ਵਧੀਆ ਪੜ੍ਹ ਰਹੀ ਹੈ। ਅਤੇ ਮੇਰੀ ਕੋਸ਼ਿਸ਼ ਇਹੀ ਹੈ ਕਿ ਅੱਗੇ ਵੀ ਮੇਰੀ ਬੱਚੀ ਵਧੀਆ ਪੜ੍ਹੇਗੀ, ਅਤੇ ਜ਼ਰੂਰ ਜੋ ਸਾਡਾ ਸੁਪਨਾ ਹੈ ਸਾਡੀ ਬੱਚੀ ਸਾਨੂੰ ਕਨੇਡਾ ਤੱਕ ਜ਼ਰੂਰ ਲੈ ਕੇ ਜਾਊਗੀ। ਥੈਂਕਸ ਜੀ। ਹਮਾਰਾ ਨਾਮ ਕਿਰਨ ਹੈ ਔਰ ਮੈਂ ਮਦਰ ਦੇ ਪੇ ਆਈ ਥੀ ਯਹਾਂ ਪੇ, ਮੁਝੇ ਬਹੁਤ ਅੱਛਾ ਲਗਾ ਔਰ ਹਮਾਰੇ ਦੋਨੋਂ ਬੱਚੇ ਯਹਾਂ ਪੇ ਪੜ੍ਹ ਰਹੇ ਹੈ, ਜੰਨਤ ਔਰ ਕਰਨਵੀਰ, ਯਹਾਂ ਪੇ ਬਹੁਤ ਅੱਛੀ ਪੜ੍ਹਾਈ ਹੋਤੀ ਹੈ ਔਰ ਸਟਾਫ ਵੀ ਬਹੁਤ ਅੱਛਾ ਹੈ ਔਰ ਯਹਾਂ ਫੁੱਲ ਇੰਜੋਏ ਹਰ ਚੀਜ਼ ਕੋ ਮਤਲਬ ਧਿਆਨ ਰੱਖਤੇ ਹੋਏ ਬਹੁਤ ਅੱਛਾ ਬੱਚੇ ਪੜ੍ਹ ਰਹੇ ਹੈ ਮਦਰਸ ਦੇ ਪੇ ਔਰ ਯਹਾਂ ਪੇ ਫੁੱਲ ਇੰਜੋਏ ਕੀਆ ਸਰ ਔਰ ਯਹਾਂ ਕਾ ਸਟਾਫ ਔਰ ਟੀਚਰ ਬਹੁਤ ਬੜੀਆ ਪੜ੍ਹਾਤੇ ਹੈ ਸਰ ਔਰ ਸਭ ਵੀ ਪ੍ਰੋਗਰਾਮ ਅਟੈਂਡ ਕੀਆ ਹੈ ਯਹਾਂ ਪੇ ਔਰ ਬਹੁਤ ਅੱਛਾ ਲਗਾ ਬਹੁਤ ਇੰਜੋਏ ਕੀਆ ਸਰ ਥੈਂਕ ਯੂ। ਹੈਲੋ ਨਮਸਤੇ ਜੀ, ਹੈਪੀ ਮਦਰਸ ਡੇ। ਇੱਥੇ ਮਦਰਸ ਡੇ ਬਣਾ ਕੇ ਸਾਨੂੰ ਬਹੁਤ ਖੁਸ਼ੀ ਮਿਲੀ, ਅਸੀਂ ਹੈਪੀ ਮਦਰਸ ਡੇ ਸਭ ਟੀਚਰਾਂ ਨੂੰ ਅਤੇ ਸਾਰੇ ਪੇਰੈਂਟਸ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਮਦਰਸ ਡੇ ਦਾ ਜੋ ਅਸੀਂ ਮਨੋਰੰਜਨ ਕੀਤਾ ਹੈ ਉਹ ਹੋਰ ਕਿਤੇ ਨਹੀਂ ਦੇਖਿਆ, ਇੱਥੇ ਦੇਖਿਆ ਅਤੇ ਇੱਥੇ ਸੁਣਿਆ ਅਤੇ ਦੇਖਿਆ ਅਤੇ ਸਮਝੇ ਵੀ ਸਾਨੂੰ ਮਦਰਸ ਡੇ ਦਾ ਮੌਕਾ ਦਿੱਤਾ ਅਤੇ ਸਾਨੂੰ ਮਦਰਸ ਨੂੰ ਪਾਰਟੀਸਪੇਟ ਕਰਨ ਦਾ ਗੇਮ ਵਗੈਰਾ 'ਚ ਅਤੇ ਸਾਨੂੰ ਗਿਫਟ ਵੀ ਦਿੱਤੇ ਗਏ ਅਤੇ ਇਸ ਲਈ ਬਹੁਤ ਸੋਹਣਾ ਲੱਗਿਆ, ਵਧੀਆ ਲੱਗਿਆ ਵੀ ਅਸੀਂ ਪਾਰਟੀਸਪੇਟ ਵੀ ਕੀਤਾ ਅਤੇ ਬੱਚਿਆਂ ਨਾਲ ਸਾਨੂੰ ਇੰਜੋਇਮੈਂਟ ਦੀ ਕੀਤੀ ਅਤੇ ਸਾਰੇ ਟੀਚਰਾਂ ਨੂੰ ਇਹੀ ਕਹਿਣਾ ਚਾਹ ਹਰਪਾਲ ਮੈਮ ਨੂੰ ਥੈਂਕਸ ਜੋ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅਤੇ ਸਾਨੂੰ ਕੁਛ ਕਰਕੇ ਸਾਨੂੰ ਵੀ ਕਰਕੇ ਕੁਛ ਦਿਖਾਉਣ ਦਾ ਮੌਕਾ ਦਿੱਤਾ ਥੈਂਕਸ। ਅੱਜ ਸਾਡੇ ਸਕੂਲ ਵਿੱਚ ਮਦਰਸ ਡੇ ਮਨਾਇਆ ਗਿਆ ਜਿਸ ਵਿੱਚ ਸਾਡੀਆਂ ਮਦਰਸ ਨੂੰ ਵੀ ਇਨਵਾਈਟ ਕੀਤਾ ਗਿਆ। ਅੱਜ ਦਾ ਦਿਨ ਬਹੁਤ ਹੀ ਵਧੀਆ ਗਿਆ ਕਿਉਂਕਿ ਅੱਜ ਸਾਡੀ ਮਦਰਸ ਨੂੰ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਗਈਆਂ ਅਤੇ ਉਹਨਾਂ ਨੇ ਵੀ ਬਹੁਤ ਹੀ ਸ਼ੌਂਕ ਦੇ ਨਾਲ ਸਾਰੀਆਂ ਐਕਟੀਵਿਟੀਜ਼ ਕੀਤੀਆਂ ਅਤੇ ਮੈਂ ਅੱਜ ਫਿਰ ਇਹ ਮਹਿਸੂਸ ਕਰਦੀ ਪਈ ਹਾਂ ਕਿ ਮੈਂ ਆਪਦੀ ਮਦਰ ਦਾ ਦੇਣਾ ਕਦੇ ਵੀ ਨਹੀਂ ਮੁੜ ਸਕਦੀ ਕਿਉਂਕਿ ਉਹਨਾਂ ਨੇ ਮੈਨੂੰ ਔਖੇ ਟਾਈਮ ਮੇਰੇ ਨਾਲ ਖੜ੍ਹੇ ਰਹੇ ਅਤੇ ਹਰ ਟਾਈਮ ਮੇਰਾ ਸਾਥ ਦਿੱਤਾ। ਲਵ ਯੂ ਮੰਮਾ।
ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਸਾਡੇ ਸਕੂਲ ਵਿੱਚ ਮਦਰਸ ਡੇ ਬਣਾਇਆ ਗਿਆ। ਇਸ ਮੌਕੇ 'ਤੇ ਸਾਰੀਆਂ ਮਦਰਸ ਨੂੰ ਬੁਲਾਇਆ ਗਿਆ ਅਤੇ ਮੇਰੇ ਮੰਮਾ ਵੀ ਪਹੁੰਚੇ ਸੀ ਅਤੇ ਮੈਂ ਬਹੁਤ ਖੁਸ਼ ਹੋਈ। ਉਹਨਾਂ ਨੂੰ ਗੇਮਸ ਖਿਲਵਾ ਕੇ ਪ੍ਰਾਈਜ਼ ਦਿੱਤੇ ਗਏ, ਸਾਰਾ ਕੁਛ ਬਹੁਤ ਵਧੀਆ ਹੋਇਆ। ਅਤੇ ਅੱਜ ਮੈਨੂੰ ਵਾਕਈ ਪਤਾ ਲੱਗਿਆ ਕਿ ਮਾਂ ਦੀ ਅਹਿਮੀਅਤ ਕੀ ਹੁੰਦੀ ਹੈ ਅਤੇ ਜਿਨ੍ਹਾਂ ਦੀਆਂ ਮਦਰਸ ਨੇ ਉਹਨਾਂ ਦਾ ਵੀ ਪਤਾ ਲੱਗਿਆ, ਕਿਉਂਕਿ ਆਪਣੀ ਲਾਈਫ ਵਿੱਚ ਮਾਂ ਦਾ ਹੀ ਇੱਕ ਅਹਿਮ ਰੋਲ ਹੁੰਦਾ। ਅਤੇ ਮੈਂ ਆਪਣੀ ਮੰਮਾ ਵਾਸਤੇ ਪ੍ਰੇ ਕਰਦੀ ਹਾਂ ਕਿ ਹਮੇਸ਼ਾ ਐਵੇਂ ਹੈਪੀ ਰਹਿਣ, ਖੁਸ਼ ਰਹਿਣ। ਥੈਂਕ ਯੂ, ਲਵ ਯੂ ਮੰਮਾ। ਗੁੱਡ ਆਫਟਰਨੂਨ ਆਲ ਆਫ ਯੂ। ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਸਾਡੇ ਸਕੂਲ ਵਿੱਚ ਮਦਰਸ ਡੇ ਬਣਾਇਆ ਗਿਆ ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਇੱਕ ਸਮਾਂ ਆਉਂਦਾ ਹੈ ਕਿ ਕਈ ਸਟੂਡੈਂਟਸ ਦੀਆਂ ਮਾਵਾਂ ਚਲੀਆਂ ਜਾਂਦੀਆਂ ਹਨ ਜਾਂ ਬਜ਼ੁਰਗ ਹੁੰਦੀਆਂ ਹਨ, ਅਤੇ ਅੱਜ ਮੇਰੇ ਸਕੂਲ ਵਿੱਚ ਮਦਰਸ ਡੇ ਬਣਾਇਆ ਗਿਆ ਅਤੇ ਮੈਂ ਤੁਹਾਨੂੰ ਆਹੀ ਦੱਸਣਾ ਚਾਹੂੰਗਾ ਕਿ ਤੁਸੀਂ ਆਪਣੀ ਮਾਵਾਂ ਨੂੰ ਬਹੁਤ ਜ਼ਿਆਦਾ ਪਿਆਰ ਕਰੋ ਅਤੇ ਉਹਨਾਂ ਦੇ, ਕਿਉਂਕਿ ਜਦੋਂ ਸਟੂਡੈਂਟਸ ਹੁੰਦੇ ਆ ਉਹਨਾਂ ਦੇ ਜਾਣ ਤੋਂ ਜਦੋਂ ਮਾਵਾਂ ਚਲੀਆਂ ਜਾਂਦੀਆਂ ਉਦੋਂ ਹੀ ਉਹਨਾਂ ਨੂੰ ਉਹਨਾਂ ਦੀ ਕਦਰ ਪਤਾ ਲੱਗਦੀ ਹੈ, ਉਸ ਤੋਂ ਪਹਿਲਾਂ ਉਹ ਕਦਰ ਨਹੀਂ ਕਰਦੇ। ਅਤੇ ਬਾਕੀਆਂ ਨੂੰ ਤਾਂ ਬਹੁਤ ਦੱਸਦੇ ਕਿ ਹਾਂ ਸਾਡੀ ਮਾਵਾਂ ਹੈਗੀਆਂ, ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ, ਬਟ ਉਹ ਅਸਲੀਅਤ 'ਚ ਘਰੇ ਨਹੀਂ ਕਰਦੇ ਹੁੰਦੇ। ਤਾਂ ਮੈਂ ਤੁਹਾਨੂੰ ਆਹੀ ਦੱਸਣਾ ਚਾਹੂੰਗਾ ਕਿ ਤੁਸੀਂ ਵੀ ਆਪਣੀ ਮਾਵਾਂ ਦੀ ਕਦਰ ਕਰੋ। ਧੰਨਵਾਦ। ਅੱਜ ਸਾਡੇ ਸਕੂਲ ਵਿੱਚ ਮਦਰਸ ਡੇ ਬਣਾਇਆ ਗਿਆ ਅਤੇ ਮਦਰਸ ਡੇ 'ਤੇ ਮੈਨੂੰ ਆਪਣੀ ਮਾਂ ਦੀ ਯਾਦ ਆ ਗਈ। ਮੈਨੂੰ ਆਪਣੀ ਮਾਂ ਦੀ ਯਾਦ ਆ ਗਈ, ਉਹ ਦਿਨ ਵੀ ਯਾਦ ਆ ਗਏ ਜਦੋਂ ਮੇਰੇ ਮਾਂ ਮੈਨੂੰ ਸਕੂਲ ਛੱਡਦੇ ਸੀ ਅਤੇ ਮੈਂ ਰੋਂਦਾ ਸੀ, ਅਤੇ ਮੇਰੇ ਮਨ ਵਿੱਚ ਮੇਰੀ ਮਾਂ ਪ੍ਰਤੀ ਸ਼ਰਧਾ ਹੋਰ ਵੀ ਵੱਧ ਗਈ। ਮੈਂ ਮੇਰੀ ਮਾਂ ਪ੍ਰਤੀ ਸ਼ਰਧਾ ਮੇਰੀ ਕਦੇ ਵੀ ਖਤਮ ਨਹੀਂ ਹੋ ਸਕਦੀ ਅਤੇ ਮੈਂ ਆਪਣੀ ਮਾਤਾ ਦਾ ਹਮੇਸ਼ਾ ਧੰਨਵਾਦ ਕਰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਸਾਡੇ ਸਕੂਲ 'ਚ ਇਤਨਾ ਮੈਮੋਰੀਅਲ ਦੇ ਆਨੰਦ ਐਗਲੋ ਵੈਦਿਕ ਮਾਡਲ ਹਾਈ ਸਕੂਲ ਵਿੱਚ ਮਦਰਸ ਡੇ ਸੈਲੀਬ੍ਰੇਟ ਕੀਤਾ ਗਿਆ, ਜਿਸ ਦੇ ਵਿੱਚ ਬਹੁਤ ਸਾਰੀਆਂ ਮਾਤਾਵਾਂ ਆਈਆਂ ਅਤੇ ਸਭ ਬਹੁਤ ਖੁਸ਼ ਸਨ। ਅਤੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਆਪਣੇ ਸਭ ਨੂੰ ਮੰਮਾ ਦਾ ਸਤਿਕਾਰ ਕਰਨਾ ਚਾਹੀਦਾ ਅਤੇ ਉਹਨਾਂ ਦਾ ਆਦਰ ਕਰਨਾ ਚਾਹੀਦਾ ਹੈ। ਧੰਨਵਾਦ। ਮੈਂ ਸਤਵਿੰਦਰ ਕੌਰ, ਰਿਟਾਇਰਡ ਲੈਕਚਰਰ ਇਕਨੋਮਿਕਸ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ਼੍ਰੀ ਮੁਕਤਸਰ ਸਾਹਿਬ। ਮੈਂ ਧੰਨਵਾਦ ਕਰਦੀ ਹਾਂ ਮੈਡਮ ਹਰਪਾਲ ਦਾ, ਪ੍ਰਿੰਸੀਪਲ ਡੀ ਏ ਵੀ ਸਕੂਲ ਦਾ, ਜਿਨ੍ਹਾਂ ਨੇ ਅੱਜ ਬਹੁਤ ਸੋਹਣੇ ਪ੍ਰੋਗਰਾਮ 'ਤੇ ਮੈਨੂੰ ਸੱਦਾ ਦਿੱਤਾ। ਮਦਰਸ ਡੇ ਮਨਾਉਣਾ ਇੱਕ ਬਹੁਤ ਹੀ ਪਵਿੱਤਰ ਕੰਮ ਸੀ। ਮਾਂ ਇੱਕ ਅਜਿਹੀ ਚੀਜ਼ ਹੈ ਜਿਹਦਾ ਦੇਣ ਕੋਈ ਵੀ ਇਨਸਾਨ ਦੇ ਨਹੀਂ ਸਕਦਾ। ਮਾਂ ਦਾ ਰਿਣ ਕਦੇ ਵੀ ਚੁਕਾਇਆ ਨਹੀਂ ਜਾ ਸਕਦਾ। ਮਾਂ ਨੇ ਜੋ ਤਕਲੀਫਾਂ ਸਾਨੂੰ ਪਾਲਣ ਵਾਸਤੇ ਸਹੀਆਂ ਹੁੰਦੀਆਂ ਉਹਦਾ ਅਸੀਂ ਕਿਤੇ ਵੀ ਮੁੱਲ ਨਹੀਂ ਮੋੜ ਸਕਦੇ। ਮੈਨੂੰ ਆਪਣਾ ਬਚਪਨ ਯਾਦ ਆਇਆ, ਨਿੱਕੇ ਨਿੱਕੇ ਬੱਚਿਆਂ ਦੀ ਐਕਟੀਵਿਟੀਜ਼ ਦੇਖ ਕੇ ਵੀ ਸਾਡੀ ਮਾਂ ਨੇ ਵੀ ਸਾਨੂੰ ਇਸੇ ਤਰ੍ਹਾਂ ਔਖੇ ਹੋ ਕੇ ਪਾ ਲਿਆ, ਅਤੇ ਅਸੀਂ ਚਾਹ ਕੇ ਵੀ ਮਾਂ ਦਾ ਉਹ ਵਿਜ਼ਾਨਾ ਨੂੰ ਨਹੀਂ ਮੋੜ ਸਕੇ ਜੋ ਸਾਨੂੰ ਮੋੜਨਾ ਚਾਹੀਦਾ ਸੀ। ਅਤੇ ਇਸ ਗੱਲ ਦਾ ਪਤਾ ਉਦੋਂ ਲੱਗਦਾ ਜਦੋਂ ਇਹ ਰੂਹਾਂ ਸਾਡੇ ਤੋਂ ਦੂਰ ਹੋ ਜਾਂਦੀਆਂ। ਮੇਰੀ ਮਾਂ ਵਿਛੜੀ ਨੂੰ ਅਜੇ ਕੁਛ ਹੀ ਮਹੀਨੇ ਹੋਏ ਅਤੇ ਮੈਨੂੰ ਲੱਗਦਾ ਨਹੀਂ ਸੀ ਵੀ ਮੈਂ ਆਪਣੀ ਮਦਰ ਨੂੰ ਕਦੇ ਇੰਨਾ ਮਿਸ ਕਰਾਂਗੀ, ਪਰ ਹੁਣ ਅਜਿਹੀਆਂ ਰੂਹਾਂ ਉੱਥੇ ਚਲੀਆਂ ਗਈਆਂ ਜਿੱਥੋਂ ਦੁਬਾਰਾ ਕਦੇ ਵੀ ਸਾਨੂੰ ਮਿਲ ਨਹੀਂ ਸਕਣਗੀਆਂ। ਅਤੇ ਇਸ ਕਰਕੇ ਮੇਰੀ ਸਾਰੇ ਇਹਨਾਂ ਨੂੰ ਗੁਜ਼ਾਰਿਸ਼ ਹੈ ਵੀ ਇਹ ਜਿਹੜੇ ਪਵਿੱਤਰ ਰਿਸ਼ਤੇ ਹੈ ਜਿੰਨੇ ਵੀ ਅਸੀਂ ਇਹਨਾਂ ਨੂੰ ਸੰਭਾਲ ਕੇ ਰੱਖ ਸਕੀਏ ਤਾਂ ਸੰਭਾਲ ਲਓ, ਕਿਉਂਕਿ ਇੱਕ ਵਾਰੀ ਗਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ। ਇੱਕ ਵਾਰੀ ਇਹ ਗਈਆਂ ਰੂਹਾਂ ਤੁਹਾਡੇ ਤੋਂ ਵਿਛੜ ਗਈਆਂ, ਤੁਹਾਨੂੰ ਮਿਲਣੀਆਂ ਨਹੀਂ। ਸੋ ਰੱਜ ਕੇ ਇਹਨਾਂ ਨੂੰ ਪਿਆਰ ਕਰੋ, ਰੱਜ ਕੇ ਇਹਨਾਂ ਦਾ ਜੋ ਤੁਸੀਂ ਕਰਜ਼ ਮੋੜ ਨਹੀਂ ਸਕਦੇ ਪਰ ਇਹਨਾਂ ਨੂੰ ਦੱਬ। ਮਾਂ ਵਰਗਾ ਕਨਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ। ਅੱਜ ਡੀ ਏ ਵੀ ਮਾਡਲ ਸਕੂਲ ਦੇ ਵਿੱਚ ਪ੍ਰਿੰਸੀਪਲ ਮੈਡਮ ਹਰਪਾਲ ਕੌਰ ਜੀ ਦੀ ਰਹਿਨੁਮਾਈ ਦੇ ਅੰਦਰ
ਜਿਹੜਾ ਮਮਤਾ ਦੀ ਮੂਰਤ ਮਾਂ ਦਿਵਸ ਮਨਾਇਆ ਗਿਆ ਔਰ ਮੈਨੂੰ ਇੱਥੇ ਉਹਨਾਂ ਨੇ ਐਜ਼ ਆ ਗੈਸਟ ਬੁਲਾਇਆ ਔਰ ਮੇਰਾ ਨਾਮ ਮਨਜੋਤ ਕੌਰ ਹੈ ਮੈਂ ਮੁਕਤਸਰ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਜਦੋਂ ਉਹਨਾਂ ਦਾ ਮੈਂ ਸੱਦਾ ਪੜ੍ਹਿਆ ਔਰ ਮੈਨੂੰ ਇੰਨਾ ਅੱਛਾ ਲੱਗਿਆ ਕਿ ਵੀ ਮਾਂ ਦੀ ਜਿਹੜੀ ਰੈਕੋਗਨਾਈਜੇਸ਼ਨ ਹੈ ਜਿਹਨੂੰ ਕਿ ਅਸੀਂ ਭੁੱਲਦੇ ਜਾ ਰਹੇ ਹਾਂ ਮਾਂ ਦਾ ਸਤਿਕਾਰ ਘੱਟਦਾ ਜਾ ਰਿਹਾ ਹੈ ਅਤੇ ਇਹਨਾਂ ਨੇ ਉਹ ਦਿਵਸ ਮਨਾਇਆ ਔਰ ਮੈਨੂੰ ਵੀ ਇਸ ਕਾਬਲ ਸਮਝਿਆ ਕਿ ਮੈਂ ਵੀ ਇੱਥੇ ਆ ਕੇ ਵੀ ਆਪਣੇ ਲਈ ਮਤਲਬ ਕਿ ਉਹਨਾਂ ਆਪਣੀਆਂ ਜਿਹੜੀਆਂ ਸੇਵਾਵਾਂ ਇੱਥੇ ਦੇਵਾਂ ਔਰ ਆਪਣੇ ਮਤਲਬ ਕਿ ਐਕਸਪੀਰੀਅੰਸ ਦੇ ਵਿੱਚੋਂ ਉਹਨਾਂ ਬੱਚਿਆਂ ਨੂੰ ਅਤੇ ਜਿਹੜੀਆਂ ਇੱਥੇ ਪਹੁੰਚੀਆਂ ਮਾਵਾਂ ਨੂੰ ਕੁਛ ਸੁਨੇਹਾ ਦੇਵਾਂ ਜਦੋਂ ਮੈਂ ਇੱਥੇ ਪਹੁੰਚੀ ਤਾਂ ਮਾਵਾਂ ਦੇ ਲਈ ਗੇਮਸ ਖਿਡਾਈਆਂ ਜਾ ਰਹੀਆਂ ਸਨ ਦਾਦੀਆਂ ਨਾਨੀਆਂ ਉਹਨਾਂ ਦਾ ਵੀ ਸਤਿਕਾਰ ਕੀਤਾ ਜਾ ਰਿਹਾ ਸੀ ਇੰਨਾ ਸੋਹਣਾ ਦਿਵਸ ਮਨਾਇਆ ਸਾਰੇ ਪਾਸੇ ਮਨਾਇਆ ਜਾਂਦਾ ਹੈ ਪਹਿਲੀ ਗੱਲ ਤਾਂ ਸਕੂਲਸ ਦੇ ਵਿੱਚ ਬਹੁਤ ਘੱਟ ਮਨਾਇਆ ਜਾਂਦਾ ਔਰ ਮੈਂ ਇਸ ਸਕੂਲ ਦੇ ਵਿੱਚ ਜਦੋਂ ਇਹ ਦਿਵਸ ਮਨਾਉਂਦੇ ਦੇਖਿਆ ਔਰ ਮੇਰੇ ਜਿਹੜੇ ਲਈ ਮੇਰੇ ਮਦਰ ਇਨ ਲਾਅ ਹੈ ਉਹ ਮੇਰੇ ਲਈ ਮੇਰੀ ਮਾਂ ਤੋਂ ਵੀ ਉੱਪਰ ਸਨ ਉਹਨਾਂ ਨੂੰ ਤਕਰੀਬਨ 2 ਸਾਲ ਹੋ ਗਏ ਹਨ ਕਿ ਉਹ ਮੇਰੇ ਤੋਂ ਵਿਛੜ ਚੁੱਕੇ ਹਨ ਮੈਂ ਜਦੋਂ ਇੱਥੇ ਆਈ ਔਰ ਮੈਂ ਉਹਨਾਂ ਦਾ ਸਤਿਕਾਰ ਹੁੰਦੇ ਦੇਖਿਆ ਵੱਡਿਆਂ ਦਾ ਬੱਚਿਆਂ ਦੇ ਨਾਲ ਗੇਮਸ ਵੱਡਿਆਂ ਨਾਲ ਗੇਮਸ ਹੁੰਦੀਆਂ ਦੇਖੀਆਂ ਮੈਨੂੰ ਮੇਰੇ ਮਦਰ ਦੀ ਬਹੁਤ ਯਾਦ ਆਈ ਔਰ ਮੈਨੂੰ ਉਹਨਾਂ ਵੱਲੋਂ ਜਿਹੜਾ ਮਿਲਿਆ ਨਿੱਘਾ ਪਿਆਰ ਉਹ ਮੈਨੂੰ ਬਹੁਤ ਯਾਦ ਆਏ ਮੈਂ ਬੜੀ ਭਾਵੁਕ ਵੀ ਹੋਈ ਕੁਛ ਸਮੇਂ ਦੇ ਲਈ ਪਰ ਫਿਰ ਆਪਣੇ ਆਪ ਨੂੰ ਸੰਭਾਲਦੀ ਹੋਈ ਮੈਂ ਇਸ ਦਿਵਸ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ ਔਰ ਮੈਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਿਆ ਔਰ ਮੈਂ ਇਸ ਮੰਚ ਤੋਂ ਇਹ ਸੁਨੇਹਾ ਦੇਣਾ ਚਾਹਾਂਗੀ ਸਾਰੇ ਹੀ ਬੱਚਿਆਂ ਦੇ ਲਈ ਕਿ ਜੋ ਮਾਂ ਦਾ ਰੁਤਬਾ ਹੈ ਜੋ ਮਾਂ ਦੀਆਂ ਅਣਥਕ ਸੇਵਾਵਾਂ ਹਨ ਜੋ ਮਾਂ ਦਾ ਸੈਲਫਲੈਸ ਲਵ ਹੈ ਉਹਨੂੰ ਸਾਰੇ ਬੱਚੇ ਤੁਸੀਂ ਸਮਝੋ ਅਤੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਤੁਹਾਡੇ ਪ੍ਰਤੀ ਦਿੰਦੇ ਹਨ ਉਹਨਾਂ ਨੂੰ ਸਮਝੋ ਅਤੇ ਉਹਨਾਂ ਦਾ ਬੰਦਾ ਸਤਿਕਾਰ ਉਹਨਾਂ ਨੂੰ ਜ਼ਰੂਰ ਦਿਓ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਮੈਡਮ ਹਰਪਾਲ ਕੌਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਉਹਨਾਂ ਨੂੰ ਇਸ ਮਾਂ ਦਿਵਸ ਮਨਾਉਣ ਦੇ ਮੌਕੇ 'ਤੇ ਬਹੁਤ ਬਹੁਤ ਵਧਾਈ ਦਿੰਦੀ ਹਾਂ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਭਿਨਵ ਗਿਰਦਰ ਐਜ਼ ਏ ਮਿਊਜ਼ਿਕ ਟੀਚਰ ਮੈਂ ਇੱਥੇ ਡੀਏਵੀ ਇੰਸਟੀਟਿਊਸ਼ਨ 'ਚ ਮੈਂ ਕੰਮ ਕਰ ਰਿਹਾ ਤੋ ਮੈਨੂੰ ਅੱਜ ਬਹੁਤ ਅੱਛਾ ਫੀਲ ਹੋਇਆ ਤੋ ਬੱਚਿਆਂ ਨੇ ਬਹੁਤ ਹੀ ਅੱਛਾ ਪਰਫੋਰਮ ਕੀਤਾ ਗੀਤ ਸੀ ਮਾਂ ਮਾਂ ਦੇ ਮਦਰਸ ਡੇ ਸਪੈਸ਼ਲ ਅੱਜ ਸੈਲੀਬ੍ਰੇਸ਼ਨ ਹੋਈ ਹੈ ਡੀਏਵੀ ਮਾਡਲ ਹਾਈ ਸਕੂਲ ਦੇ ਵਿੱਚ ਤੋ ਮੈਨੂੰ ਬੜਾ ਅੱਛਾ ਲੱਗਿਆ ਮੈਂ ਉਹਨਾਂ ਨੂੰ ਟ੍ਰੇਨ ਕੀਤਾ ਐਜ਼ ਏ ਮਿਊਜ਼ਿਕ ਟੀਚਰ ਆਈ ਐਮ ਵਰਕਿੰਗ ਐਂਡ ਇੰਜੋਇੰਗ ਮਾਈ ਡਿਊਟੀਜ਼ ਸੋ ਮੈਨੀ ਮੈਨੀ ਥੈਂਕ ਹਾਂਜੀ ਜੋ ਅੱਜ ਅਸੀਂ ਇੱਥੇ ਮਦਰਸ ਡੇ ਮਨਾਇਆ ਹੈ CRM DAV ਮਾਡਲ ਹਾਈ ਸਕੂਲ ਵਿੱਚ ਇਹ ਅਸੀਂ ਹਰ ਸਾਲ ਹੀ ਮਨਾਉਂਦੇ ਹਾਂ ਤਾਂ ਜੋ ਬੱਚਿਆਂ ਦੇ ਅੰਦਰ ਆਪਣੇ ਵੱਡਿਆਂ ਭਾਵ ਮਾਤਾ ਪਿਤਾ ਪ੍ਰਤੀ ਜੋ ਪਿਆਰ ਦੀ ਭਾਵਨਾ ਹੈ ਉਸ ਨੂੰ ਪੈਦਾ ਕੀਤਾ ਜਾਵੇ ਇਹ ਦਿਨ ਮਨਾਉਣ ਦਾ ਇਹੀ ਸਾਡਾ ਆਧਾਰ ਹੁੰਦਾ ਹੈ ਕਿ ਬੱਚੇ ਹਮੇਸ਼ਾ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨ ਅਤੇ ਉਹਨਾਂ ਨੂੰ ਇਸ ਗੱਲ ਦਾ ਇਹ ਜ਼ਰੂਰ ਪਤਾ ਲੱਗ ਜਾਵੇ ਕਿ ਮਾਂ ਦੀ ਸਾਡੀ ਜ਼ਿੰਦਗੀ ਵਿੱਚ ਅਹਿਮੀਅਤ ਕੀ ਹੈ ਤਾਂ ਮੈਂ ਮਾਂ ਲਈ 2 ਲਾਈਨਾਂ ਜ਼ਰੂਰ ਕਹਾਂਗੀ ਧੁੱਪਦਾਨੀ ਡਰ ਮੈਨੂੰ ਛਾਵਾਂ ਮੇਰੇ ਨਾਲ ਨੇ ਧੁੱਪਦਾਨੀ ਡਰ ਮੈਨੂੰ ਛਾਵਾਂ ਮੇਰੇ ਨਾਲ ਨੇ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਧੰਨਵਾਦ ਜੀ ਮੈਂ ਮਨਦੀਪ ਕੌਰ DAV ਮਾਡਲ ਸਕੂਲ 'ਚ ਐਜ਼ ਏ ਟੀਚਰ ਅੱਜ ਸਕੂਲ ਦੇ ਵਿੱਚ ਮਦਰਸ ਡੇ ਸੈਲੀਬ੍ਰੇਟ ਕੀਤਾ ਗਿਆ ਅਤੇ ਸਟੇਜ ਦੀ ਡਿਊਟੀ ਨਿਭਾਉਂਦਿਆਂ ਮੈਨੂੰ ਅੱਜ ਬਹੁਤ ਹੀ ਵਧੀਆ ਲੱਗਿਆ
ਕਿਉਂਕਿ ਅਸੀਂ ਮਦਰਸ ਡੇ ਇਸ ਕਰਕੇ ਮਨਾਉਂਦੇ ਹਾਂ ਕਿ ਮਾਵਾਂ ਨੂੰ ਵੀ ਆਪਣੇ ਘਰ ਦੇ ਰੁਝੇਵਿਆਂ 'ਚੋਂ ਨਿਕਲ ਕੇ ਕੁਛ ਇੱਥੇ ਦੇਖਣ ਦਾ, ਕੁਛ ਬੱਚਿਆਂ ਪ੍ਰਤੀ ਕੁਛ ਸਿੱਖਣ ਦਾ ਮੌਕਾ ਮਿਲੇ। ਅਤੇ ਮੈਂ ਮਦਰਸ ਡੇ 'ਤੇ ਅੱਜ ਦੋ ਲਾਈਨਾਂ ਬੋਲਣਾ ਚਾਹੁੰਦੀ ਹਾਂ। ਕੁਝ ਰਿਸ਼ਤੇ ਹੁੰਦੇ ਦਵਾਵਾਂ ਵਰਗੇ, ਕੁਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁਝ ਪਾ ਕੇ ਵੀ ਨਹੀਂ ਮਿਲਦੇ ਹੱਥ ਮਾਂ ਦੀਆਂ ਦਵਾਵਾਂ ਵਰਗੇ। ਥੈਂਕਸ, ਮੈਨ ਮੈਨ ਥੈਂਕਸ। ਮੈਂ ਕਰਮਜੀਤ ਕੌਰ, ਡੀਏਵੀ ਮਾਡਲ ਸਕੂਲ 'ਚੋਂ। ਅਸੀਂ ਅੱਜ ਆਪਣੇ ਸਕੂਲ ਵਿੱਚ ਮਦਰ ਡੇ ਸੈਲੀਬ੍ਰੇਟ ਕੀਤਾ, ਜਿਸ ਦੇ ਵਿੱਚ ਆਈਆਂ ਹੋਈਆਂ ਮਦਰਸ ਨੇ ਬਹੁਤ ਹੀ ਇੰਜੋਏ ਕੀਤਾ। ਅਤੇ ਅਸੀਂ ਬੱਚਿਆਂ ਨੂੰ ਉਹਨਾਂ ਦੀਆਂ ਮੰਮੀਆਂ ਦੀ ਇੱਜ਼ਤ ਕਰਨ ਵਾਸਤੇ, ਉਹਨਾਂ ਨੂੰ ਰਿਗਾਰਡ ਦੇਣ ਵਾਸਤੇ ਪ੍ਰੇਰਿਤ ਕੀਤਾ। ਅਤੇ ਮੈਂ ਉਸ ਦੇ ਵਿੱਚ ਇੱਕ ਸੌਂਗ ਦੀਆਂ ਦੋ ਲਾਈਨਾਂ ਵੀ ਬੋਲੀਆਂ, ਜੋ ਕਿ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹੈ। ਧੀਆਂ ਨੂੰ ਸੋਰੇ ਤੋਰ ਕੇ ਨੀ ਮੇਰੀ ਰਾਣੀਏ ਮਾਏ, ਤੇਰਾ ਕੇ ਹੱਕ ਲੱਗਦਾ ਜੀਨੀ ਪਲੀਏ। ਤਾਰੀਆਂ ਗਿਣਦੀ ਰਾਤ ਗਈ ਨੀ ਮੇਰੀ ਰਾਣੀਏ ਧੀਏ, ਕੋਈ ਕੜੀਆਂ ਗਿਣਦੀ ਦਿਨ ਨੀ ਪਲੀਏ। ਨੂਹਾਂ ਨੂੰ ਪੇਕੇ ਤੋਰ ਦੇਣੀ ਮੇਰੀ ਰਾਣੀਏ ਮਾਏ, ਕੋਈ ਸਾਨੂੰ ਸਦਾ ਲੈ ਕੋਲ ਨੀ ਪਲੀਏ। ਨੂਹਾਂ ਤਾਂ ਮੇਰੀਆਂ ਨਿਉਂਜੜਾਂ ਨੀ ਮੇਰੀ ਰਾਣੀਏ ਧੀਏ, ਕੋਈ ਤੁਸੀਂ ਪਰਾਇਆ ਤਨ ਨੀ ਪਲੀਏ। ਮੈਂ ਹਰਪਾਲ ਕੌਰ, ਪ੍ਰਿੰਸੀਪਲ CRM DAV ਮਾਡਲ ਹਾਈ ਸਕੂਲ। ਅੱਜ ਅਸੀਂ ਆਪਣੇ ਸਕੂਲ ਦੇ ਵਿੱਚ ਮਾਂ ਦਿਵਸ ਮਨਾਇਆ। ਵੈਸੇ ਅਸੀਂ ਹਰ ਸਾਲ ਹੀ ਮਨਾਉਂਦੇ ਹਾਂ, ਤਾਂ ਇਸ ਵਾਰ ਥੋੜ੍ਹਾ ਜਿਹਾ ਕੁਛ ਲੇਟ ਕੀਤਾ, ਉਹਦੇ ਕੁਝ ਰੀਜ਼ਨ ਸੀ। ਮਾਂ ਦਿਵਸ ਮਨਾਉਣ ਦਾ ਮੰਤਵ ਇਹੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਜੋ ਉਹਨਾਂ ਦੇ ਫਰਜ਼ ਹੈ ਉਹਨਾਂ ਤੋਂ ਜਾਣੂ ਕਰਵਾਉਂਦੇ ਰਹੀਏ। ਇਹ ਤਾਂ ਹੀ ਸੰਭਵ ਹੁੰਦਾ ਹੈ ਕਿ ਸਕੂਲ ਜਿਹੜੀਆਂ ਇੱਕ ਅਜਿਹੀਆਂ ਸੰਸਥਾਵਾਂ ਹੁੰਦੀਆਂ ਜਿੱਥੇ ਅਕੈਡਮਿਕ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਸਾਡੇ ਜੋ ਰੋਜ਼ਾਨਾ ਜੀਵਨ ਦੇ ਵਿੱਚ ਸਾਡੇ ਫਰਜ਼ ਹੈ ਉਹਨਾਂ ਬਾਰੇ ਵੀ ਉਹਨਾਂ ਨੂੰ ਸੁਚੇਤ ਕਰਵਾਉਂਦੇ ਰਹੀਏ। ਕਿਉਂਕਿ ਬੱਚੇ ਇੱਕ ਗਿੱਲੀ ਮਿੱਟੀ ਦੀ ਤਰ੍ਹਾਂ ਹੁੰਦੇ ਆ, ਜੋ ਵੀ ਅਸੀਂ ਸ਼ੇਪ ਦੇਣਾ ਚਾਹੀਏ ਦੇ ਸਕਦੇ ਹਾਂ, ਪਰ ਉਹ ਪੋਸੀਬਲ ਤਾਂ ਹੀ ਹੋ ਸਕਦਾ ਹੈ ਜੇ ਉਹਨਾਂ ਬੱਚਿਆਂ ਨੂੰ ਉਹਨਾਂ ਸਾਰੇ ਪ੍ਰੋਗਰਾਮ ਬਾਰੇ ਅਲਰਟ ਕਰਵਾਇਆ ਜਾਵੇ ਜਾਂ ਪ੍ਰੋਗਰਾਮ ਉਹਨਾਂ ਨੂੰ ਦਿਖਾਏ ਜਾਣ। ਅਸੀਂ ਆਪਣੇ ਕਲਚਰ ਨੂੰ ਸਾਂਭੀਏ, ਤਾਂ ਹੀ ਸਾਡੇ ਬੱਚੇ ਜਿਹੜੇ ਆਉਣ ਵਾਲੇ ਸਮਾਜ ਦੇ ਵਿੱਚ ਆਪਣਾ ਚੰਗਾ ਨਾਂ ਰੁਸ਼ਨਾ ਸਕਦੇ ਹੈ। ਅਤੇ ਸੋ ਅੱਜ ਸਮੇਂ ਦੀ ਬਹੁਤ ਜ਼ਿਆਦਾ ਲੋੜ ਵੀ ਹੈ ਕਿ ਬੱਚਿਆਂ ਨੂੰ ਆਪਣੇ ਮਾਂ ਬਾਪ ਪ੍ਰਤੀ ਜਿਹੜੇ ਫਰਜ਼ ਹੈ ਉਹਨਾਂ ਤੋਂ ਜਾਣੂ ਕਰਵਾਈਏ। ਕਿਉਂਕਿ ਅੱਜ ਰਾਈਟ ਤਾਂ ਹਰ ਕੋਈ ਸਮਝਦਾ, ਬਟ ਆਪਣੇ ਫਰਜ਼ ਕੋਈ ਨਹੀਂ ਪਹਿਚਾਣਦਾ, ਜਿਹਦੇ ਕਾਰਨ ਸਾਡੇ ਸਮਾਜ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਬਣ ਰਹੀ ਹੈ। ਸੋ ਸਾਰੇ ਹੀ ਮਾਪਿਆਂ ਨੂੰ ਜੋ ਅੱਜ ਇੱਥੇ ਬੱਚਿਆਂ ਦੇ ਮਦਰਜ਼ ਪਹੁੰਚੀਆਂ ਨੇ, ਉਹਨਾਂ ਨੂੰ ਮੈਂ ਮਾਂ ਦਿਵਸ 'ਤੇ ਬਹੁਤ ਬਹੁਤ ਵਧਾਈ ਦਿੰਦੀ ਹਾਂ। ਅਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਜਿਹੜੀਆਂ ਮਾਤਾਵਾਂ ਸਾਨੂੰ ਸਹਿਯੋਗ ਦਿੰਦੀਆਂ ਰਹਿਣਗੀਆਂ, ਕਿਉਂਕਿ ਕਿਸੇ ਕੋਲ ਟਾਈਮ ਨਹੀਂ ਹੈ, ਪਰ ਅੱਜ ਮਾਤਾਵਾਂ ਨੇ ਸਾਡੇ ਇਸ ਸੱਦੇ ਨੂੰ ਪ੍ਰਵਾਨ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਜਿਹੜਾ ਸਫਲ ਬਣਾਉਣ ਦੇ ਵਿੱਚ ਸਾਡਾ ਸਾਥ ਦਿੱਤਾ। ਅਤੇ ਸਭਨਾਂ ਦਾ ਬਹੁਤ ਬਹੁਤ ਧੰਨਵਾਦ।